ਸਤਿ ਸ਼੍ਰੀ ਅਕਾਲ ਦੋਸਤੋ, ਏਕ ਨੂਰ ਸੇਵਾ ਕੇਂਦਰ ਲੁਧਿਆਣੇ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਕਿ ਜਿਹੜਾ ਕਿ ਗਰੀਬਾਂ ਦੀ ਆਸ, ਜਿਹੜੇ ਕਿ ਲੋੜਵੰਦਾਂ ਦੀ, ਮਾਫ਼ ਕਰਨਾ, ਗਰੀਬ ਤਾਂ ਅਸੀਂ ਸਾਰੇ ਹੀ ਹਾਂ, ਲੋੜਵੰਦਾਂ ਦੀ ਆਸ, ਜਿਹੜਾ ਕਿ ਮਰੀਜ਼ ਅਸੀਂ ਪਿਛਲੇ 5-6 ਸਾਲਾਂ 'ਚ ਦੇਖਿਆ ਇਸ ਲਾਈਨ 'ਚ ਚੱਲਦਿਆਂ ਹੋਇਆ, ਵੀ ਮਰੀਜ਼ ਲੋਕ ਘਰਾਂ 'ਚ ਪਏ ਆ, ਇਲਾਜ ਨਹੀਂ ਹੋ ਪਾਉਂਦਾ ਪੈਸਿਆਂ ਲਈ, ਅਤੇ ਅੱਜ ਅਸੀਂ ਸੱਚੇ ਪਾਤਸ਼ਾਹ ਦੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ। ਸਾਨੂੰ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਸਾਨੂੰ ਇੱਕ ਜਗ੍ਹਾ ਮਿਲ ਗਈ ਸੀ, ਗੁਰੂ ਪਿਆਰਿਆਂ ਨੇ ਡੋਨੇਟ ਕੀਤੀ, ਨਾਲ ਸੇਵਾ ਪਾਈ, ਅਤੇ ਆਹ ਦੇਖੋ 3 ਮੰਜ਼ਿਲਾ ਬਿਲਡਿੰਗ, ਵੀਰ ਜੀ ਦਿਖਾਉਣਾ, 3 ਮੰਜ਼ਿਲਾ ਬਿਲਡਿੰਗ ਅੱਜ ਬਣ ਰਹੀ ਹੈ, ਇਹ ਬਿਲਡਿੰਗ ਬਣ ਰਹੀ ਹੈ 3 ਮੰਜ਼ਿਲਾ ਬਿਲਡਿੰਗ, ਮਕਸਦ ਕੀ ਹੈ, ਇੱਥੇ ਆਪਣਾ ਡਾਇਲਸਿਸ ਸੈਂਟਰ ਇੱਕ ਸ਼ੁਰੂ ਹੋਣਾ, ਅਤੇ ਨਾਲ ਹੀ ਇੱਕ ਔਰਥੋ ਦਾ ਸੈਂਟਰ ਵੀ ਸ਼ੁਰੂ ਹੋਣਾ, ਜਿੱਥੇ ਕਿ ਅਸੀਂ ਦੇਖਿਆ 8-8 ਸਾਲਾਂ ਤੋਂ ਲੋਕ ਘਰ ਪਏ ਬੈਠੇ ਨੇ, ਇਲਾਜ ਨਹੀਂ ਹੋ ਪਾ ਰਿਹਾ, ਗੋਡੇ ਟੁੱਟੇ, ਪੈਰ ਟੁੱਟੇ, ਉਹ ਸੈਂਟਰ ਇੱਥੇ ਬਣਨੇ ਨੇ। ਆਪ ਜੀ ਆਪ ਦੇਖ ਸਕਦਾ, ਬਿਲਡਿੰਗ ਦਿਖਾਓ ਵੀਰ ਜੀ, ਪਿਛਲੇ 6 ਮਹੀਨੇ ਸਾਲ ਦੇ ਅੰਦਰ ਅੰਦਰ ਇਹ ਬਿਲਡਿੰਗ ਤਿਆਰ ਹੋਈ ਆ, ਅਤੇ ਹੋਰ 6 ਮਹੀਨੇ ਸਾਲ ਦੇ ਅੰਦਰ ਅੰਦਰ ਇਹਨੂੰ ਵਰਕਿੰਗ 'ਚ ਲਿਆਉਣਾ, ਕੰਮ ਗੁਰੂ ਸਾਹਿਬ ਦਾ, ਸਾਡਾ ਕੰਮ ਨਹੀਂ, ਕੰਮ ਉਹ ਪਰਮੇਸ਼ਵਰ ਦਾ, ਪਰਮੇਸ਼ਵਰ ਆਪ ਹੀ ਕਰਾ ਰਿਹਾ। ਹੁਣ ਮੈਂ ਤੁਹਾਡੀ ਗੱਲ ਕਰਾਉਂਦਾ ਵਾਂ, ਜਿਹੜੇ ਕਿ ਮੈਨ ਬਿਹਾਈਂਡ ਦਿਸ ਮਿਸ਼ਨ, ਇਹ ਇੱਕ ਮਿਸ਼ਨ ਸਮਝ ਕੇ ਨੇਕੀ ਦੇ ਹੋਸਪਿਟਲ ਨੂੰ ਜਿਹੜੇ ਕਿ ਸਰੀਰ ਲੱਗੇ ਹੋਏ ਨੇ, ਆਓ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸਰਦਾਰ ਅਜੀਤ ਸਿੰਘ ਜੀ ਹਰਨੇਜਾ ਜੀ, ਤਾਂ ਗੁਰਚਰਨ ਸਿੰਘ ਜੀ, ਗੁਰਬਚਨ ਸਿੰਘ ਜੀ ਹਰਨੇਜਾ ਜੀ, ਇਹ ਦੋਵੇਂ ਪਿਆਰੇ, ਦੋਵੇਂ ਬ੍ਰਦਰ, ਉਮਰ ਦਾ ਇਸ ਮੋੜ 'ਚ ਜਿਵੇਂ ਕਿ ਇਹ ਦੋਵੇਂ ਨੌਜਵਾਨ, ਬਜ਼ੁਰਗ ਤਾਂ ਨਹੀਂ ਕਹਾਂਗੇ, ਦੋਵੇਂ ਨੌਜਵਾਨ ਲੱਗੇ ਨੇ, ਇੰਨੀ ਮਿਹਨਤ ਦੇ ਨਾਲ ਲਗਭਗ ਰੋਜ਼ ਇੱਥੇ ਗੇੜਾ ਮਾਰਨਾ, ਰੋਜ਼ ਮਿਸਤਰੀਆਂ ਦਾ ਹਿਸਾਬ ਕਰਨਾ, ਅਤੇ ਇੱਕ ਬੜੀ ਡੈਡੀਕੇਸ਼ਨ ਦੇ ਨਾਲ, ਇੱਕ ਉਮੀਦ ਦੇ ਨਾਲ ਕਿ ਇਹ ਜਿਹੜਾ ਹੋਸਪਿਟਲ ਬਣ ਰਿਹਾ, ਇਹ ਉਹਨਾਂ ਲੋੜਵੰਦਾਂ ਲਈ ਇੱਕ ਆਸ ਦੀ ਕਿਰਨ ਬਣੇਗਾ, ਕਿਉਂਕਿ ਸਾਡੇ ਜਿਹੜਾ ਕਿ ਕੋਸ਼ਿਸ਼ ਹੈ, ਸੱਚੇ ਪਾਤਸ਼ਾਹ ਨੇ ਜਿਹੜੀ ਸਿਹਤ ਬਖਸ਼ਿਸ਼ ਕੀਤੀ ਆ, ਵੀ ਇੱਥੇ ਉਹ ਅਜਿਹੇ ਲੋੜਵੰਦ ਜਿਹੜੇ ਕਿ ਪੈਸੇ ਨਹੀਂ ਦੇ ਸਕਦੇ, ਉਹਨਾਂ ਦਾ ਇਲਾਜ, ਲਵਾਰਸਾਂ ਦਾ, ਬੇਸਹਾਰਿਆਂ ਦਾ ਇਲਾਜ ਫ੍ਰੀ ਕੀਤਾ ਜਾਏਗਾ, ਕੀਤਾ ਜਾਏਗਾ ਤੁਹਾਡੀ ਸਾਰਿਆਂ ਦੇ ਸਹਿਯੋਗ ਦੇ ਨਾਲ। ਆਓ ਆਪਾਂ 2 ਮਿੰਟ ਗੱਲ ਕਰਦੇ ਹਾਂ। ਅੰਕਲ ਜੀ ਇਹ ਦੱਸੋ ਵੀ ਤੁਸੀਂ ਲਗਭਗ ਰੋਜ਼ ਇੱਥੇ ਆਉਂਦੇ ਹੋ ਸੇਵਾ ਕਰਨ ਲਈ, ਸੇਵਾ ਸਮਝ ਕੇ ਕਰਦੇ, ਕੀ ਤੁਹਾਡੇ ਮਨ ਦਾ ਕੀ ਵਿਚਾਰ, ਕੀ ਸ਼ੇਅਰ ਕਰਾਂ ਸੰਗਤਾਂ ਨੂੰ, ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਆਪਣੇ ਕੋਲੋਂ ਵੀ ਪੈਸੇ ਦੇ ਰਹੇ ਹਾਂ, ਇਹਦੇ ਵਿੱਚ ਹਿੱਸਾ ਪਾ ਰਹੇ ਹਾਂ, ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਓ, ਔਰ ਜਿੰਨਾ ਵੱਧ ਤੋਂ ਵੱਧ, ਤਾਂ ਜੋ ਸਾਡਾ ਆਪਣਾ ਇਹ ਹੋਸਪਿਟਲ ਜਿਹੜਾ ਕੰਪਲੀਟ ਹੋ ਸਕੇ। ਮਾਇਆ ਤੋਂ ਬਿਨਾਂ ਤਾਂ ਕੁਝ ਨਹੀਂ ਹੋਣਾ, ਜੇ ਪੈਸੇ ਦਿਓਗੇ, ਸਾਰੇ ਸਾਡੇ ਰਲ ਮਿਲ ਕੇ ਉਪਰਾਲਾ ਕਰੋਗੇ, ਸਾਰਾ ਹਮਲਾ ਮਾਰੋਗੇ, ਤਾਂ ਜ਼ਰੂਰ ਇਹ ਹੋਸਪਿਟਲ ਕਾਮਯਾਬ ਹੋ ਜਾਏਗਾ, ਨਾਲੇ ਇਹਨਾਂ ਬੱਚਿਆਂ ਦੀ ਹੌਸਲਾ ਬੁਝਾਈ ਵਧੇਗੀ, ਅਤੇ ਬੱਚੇ ਅੱਗੇ ਲੱਗਣ ਨਾਲ ਕੰਮ ਕਰਨਗੇ, ਸਾਡੀ ਇਹੀ ਅਪੀਲ ਹੈ। ਆਪ ਜੀ ਸਤਿ ਗੁਰਬਚਨ ਸਿੰਘ ਜੀ ਹਰਨੇਜਾ ਜੀ, ਸੱਚੇ ਪਾਤਸ਼ਾਹ ਇਹਨਾਂ ਤੋਂ ਸੇਵਾ ਲੈ ਰਿਹਾ, ਦੋਵਾਂ ਭਰਾਵਾਂ ਤੋਂ, ਆਪ ਜੀ ਕੁਝ ਦੱਸਣਾ ਦੱਸੋ, ਕਿਰਪਾ ਕਰੋ ਜੀ ਨਾਲ। ਅਸੀਂ ਤਾਂ ਇਹੀ ਕਹਿੰਦੇ ਹਾਂ ਜੀ, ਸਾਰੀ ਸੰਗਤ ਨੂੰ ਆਪਣਾ ਕੰਮ ਸਮਝ ਕੇ ਗਰੀਬਾਂ ਵਾਸਤੇ ਅੱਗੇ ਆਉਣਾ ਚਾਹੀਦਾ, ਔਰ ਸਾਡੇ ਨਾਲ ਸਹਿਯੋਗ ਦੇਣ, ਅਤੇ ਜਿਹਦੇ ਨਾਲ ਕਿ ਅਸੀਂ ਇਸ ਕੰਮ ਨੂੰ ਹੋਰ ਨੇਪਰੇ ਚੜ੍ਹਾ ਕੇ ਜਲਦੀ ਤੋਂ ਜਲਦੀ ਸਮਰਥਨ ਸਮਾਜ ਦੇ ਕਰ ਸਕੀਏ, ਜਿਹਦੇ ਨਾਲ ਸਮਾਜ ਗਰੀਬ ਲਤਾੜੇ ਲੋਕਾਂ ਨੂੰ, ਜਿਨ੍ਹਾਂ ਕੋਲ ਵਿਚਾਰੇ ਕੋਲ ਪੈਸੇ ਨਹੀਂ ਹੈਗੇ, ਪੈਸੇ ਖਰਚ ਕੇ ਇਲਾਜ ਨਹੀਂ ਕਰਾ ਸਕਦੇ, ਕਿ ਉਹਨਾਂ ਦਾ ਇਲਾਜ ਇੱਥੇ ਬੜੇ ਠੀਕ ਢੰਗ ਨਾਲ, ਉਪਰਾਲੇ ਨਾਲ ਹੋ ਜਾਵੇ, ਅਤੇ ਉਹਨਾਂ ਦੀ ਬਿਨਾਂ ਖਰਚੇ ਤੋਂ। ਦੇਖੋ ਜੀ ਕਿੰਨਾ ਵੱਡਾ ਮਿਸ਼ਨ ਆ, ਵੀ ਬਿਨਾਂ ਖਰਚੇ ਤੋਂ
ਇੱਕ ਜਿਵੇਂ ਕੈਸ਼ਲੈਸ ਨਹੀਂ ਕਹਿੰਦੇ, ਕੈਸ਼ਲੈਸ ਸਕੀਮ ਬਣ ਜਾਣੀ ਹੈ ਉਹਨਾਂ ਲੋੜਵੰਦਾਂ ਲਈ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਜਿਨ੍ਹਾਂ ਕੋਲ ਹੈਗੇ ਨੇ ਉਹ ਦੇ ਦੇਣ, ਜਿਨ੍ਹਾਂ ਕੋਲ ਨਹੀਂ ਹੈਗੇ ਉਹ ਨਾ ਦੇਣ, ਪਰ ਇਲਾਜ ਜ਼ਰੂਰ ਹੋਵੇ, ਇਲਾਜ ਲੋਕੀ ਘਰਾਂ 'ਚ ਨਾ ਬੈਠੇ ਰਹਿਣ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਰਨੇਜਾ ਬ੍ਰਦਰਸ ਦਾ, ਅਤੇ ਆਪ ਜੀ ਸਾਰਿਆਂ ਨੂੰ ਅਪੀਲ ਕਰਦਾ ਵੀ ਦੇਖੋ ਜਿਹੜੇ ਆ ਗੁਰੂ ਪਿਆਰੇ ਸੇਵਾ ਕਰ ਰਹੇ ਨੇ ਅਤੇ ਅਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਆਓ ਇੱਥੇ ਆਲਮਗੀਰ ਗੁਰਦੁਆਰਾ ਸਾਹਿਬ, ਇਹ ਗੁਰੂਆਂ ਦੀ ਬਖਸ਼ਿਸ਼ ਵਾਲੀ ਧਰਤੀ ਹੈ, ਇਸ ਧਰਤੀ 'ਤੇ ਆਪਾਂ ਸਾਰਿਆਂ ਨੇ ਮਿਲ ਕੇ ਸੇਵਾ ਕਰਨੀ। ਇੱਕ ਮੈਸੇਜ ਸਰਦਾਰ ਅਜੀਤ ਸਿੰਘ ਜੀ ਅਰਨੇਜਾ ਸਾਹਿਬ ਦੇ ਰਹੇ ਨੇ, ਬੇਨਤੀ ਆ ਜੋੜ ਕੇ, ਮੌਕੇ 'ਤੇ ਆਓ, ਇਹੀ ਕਹਿਣਾ ਚਾਹੋਗੇ ਜੀ ਵੀ ਮੌਕੇ 'ਤੇ ਆਓ, ਦੇਖੋ ਤੁਸੀਂ ਆਪਣਾ ਸੰਦੇਸ਼ ਕੁਛ ਦੇਣਾ ਚਾਹੋਗੇ ਵੀ ਕੀ ਇੱਥੇ ਹੁਣ ਆਉਣਾ ਚਾਹੀਦਾ ਸਾਰਿਆਂ ਨੂੰ? ਆਉਣਾ ਚਾਹੀਦਾ, ਆਉਣਗੇ ਤਾਂ ਉਹਨਾਂ ਦੇ ਥੋੜ੍ਹਾ ਜਿਹਾ ਮਨ 'ਚ ਕੋਈ ਸੈਕਸ਼ਨ ਹੋਊਗੀ, ਖਿੱਚ ਹੋਊਗੀ, ਉਹ ਮਨ ਕਰੂਗਾ, ਅੱਛੀ ਗੱਲ ਆ ਵੀ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ, ਉਹਨਾਂ ਦਾ ਉਤਸ਼ਾਹ ਵਧੇਗਾ, ਉਹਨਾਂ ਵਿੱਚ ਵੀ ਸੇਵਾ ਭਾਵ ਪੈਦਾ ਹੋਵੇਗਾ, ਇਹ ਚੰਗੀ ਗੱਲ ਆ, ਕੋਈ ਮਾੜੀ ਗੱਲ ਤਾਂ ਨਹੀਂ ਹੈਗੀ। ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗੁਰਦੁਆਰੇ ਬਣਦੇ ਬਹੁਤ ਦੇਖੇ, ਬਿਲਡਿੰਗਾਂ ਬਣਦੀਆਂ ਬਹੁਤ ਦੇਖੀਆਂ, ਮੰਦਰ ਬਣਦੇ ਬਹੁਤ ਦੇਖੇ, ਪਰ ਇੱਕ ਅਜਿਹਾ ਹੋਸਪਿਟਲ ਜਿਹੜਾ ਮਨੁੱਖਤਾ ਦਾ ਮੰਦਰ, ਮਨੁੱਖਤਾ ਦਾ ਗੁਰਦੁਆਰਾ, ਉਹ ਬਣ ਰਿਹਾ, ਉਹ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ, ਤੇ ਉਹਦੇ ਲਈ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।